देखो भाई जी, मैनू लगता भी साडियां चार पांच जन सभावां हो गईआं जिहड़ा लोकां दा तुसीं इत्थे इकट्ठ वेख सकदे हो, एक रैली जिन्ना इकट्ठ ते एक वार्ड दा इत्थे, ते जिहड़ा लोकां च जोश आ आम आदमी पार्टी लई प्यार आ, ते लोकां च राजनीति गंदी राजनीति नूं बदल के चंगी राजनीति लिआउण दा इक जोश आ, उह इह एम सी दीआं चोणां च दिख रिहा। ते होपफुली मैं उम्मीद करदी हाँ वी जिहड़ा इस बार इक एम सी दीआं इलैक्शनां दे विच पहली वारी आम आदमी पार्टी आई है, तो एक ਚੰਗਾ ਬਦਲ ਵੇਖਣ ਨੂੰ ਮਿਲੂਗਾ। ਲੋਕਾਂ ਦਾ ਉਤਸ਼ਾਹ ਵੇਖ ਕੇ ਖੁਸ਼ੀ ਹੋ ਰਹੀ ਹੈ, ਉਹਨਾਂ ਦੀਆਂ ਜਿਹੜੇ ਹਾਵ ਭਾਵ ਨੇ, ਇੱਦਾਂ ਲੱਗਦਾ ਵੀ ਅੰਦਰੋਂ ਕੁਛ ਉਹਨਾਂ ਦੇ ਜਾਗਰੂਕਤਾ ਆ ਚੁੱਕੀ ਹੈ ਬਹੁਤ ਜ਼ਿਆਦਾ। 73 ਸਾਲਾਂ ਦਾ ਇਤਿਹਾਸ ਵੇਖ ਕੇ, ਲੁੱਟੇ ਜਾਣ ਵਾਲਾ ਪੰਜਾਬ ਦੀ ਧਰਤੀ ਨੂੰ ਤਬਾਹ ਕਰਨ ਵਾਲਾ ਇਤਿਹਾਸ ਵੇਖ ਕੇ ਜਾਗਰੂਕਤਾ ਆ ਚੁੱਕੀ ਹੈ। ਸੋ ਮੈਂ ਵਧਾਈ ਦਿੰਦੀ ਹਾਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਮਝਦਾਰ ਹੋ ਗਏ, ਜਿਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਰਾਜੇ ਹਾਂ, ਸਾਡੇ ਹੱਥ 'ਚ ਹੈ ਵੋਟ ਦੀ ਪਾਵਰ, ਅਸੀਂ ਸਰਕਾਰਾਂ ਨੂੰ ਬਣਾਉਣ ਵਾਲੇ ਹਾਂ, ਸਰਕਾਰਾਂ ਸੇਵਾਦਾਰ ਹੁੰਦੀਆਂ ਨਾ ਕਿ ਮਾਲਕ ਹੁੰਦੀਆਂ। ਸੋ ਉਹ ਚੀਜ਼ਾਂ ਲੋਕਾਂ ਨੂੰ ਸਮਝ ਆ ਗਈ, ਅਤੇ ਮੇਰੇ ਖਿਆਲ 'ਚ ਉਸੇ ਨੂੰ ਮੌਕਾ ਮਿਲਣਾ ਚਾਹੀਦਾ ਜਿਹੜਾ ਸੇਵਾਦਾਰ ਬਣ ਕੇ ਲੋਕਾਂ ਦਾ ਕੰਮ ਕਰੇ। ਅਤੇ ਇਹ ਕੰਮ ਆਮ ਆਦਮੀ ਪਾਰਟੀ ਤੋਂ ਬਿਹਤਰੀਨ ਦੂਜੀ ਪਾਰਟੀ ਤਾਂ ਹਾਲੇ ਤੱਕ ਕੋਈ ਬਣੀ ਨਹੀਂ ਆ, ਅਸੀਂ ਉਮੀਦ ਕਰਦੇ ਕਿ ਉਹਨਾਂ ਦੇ ਟਾਈਮ 'ਚ ਚੰਗੀਆਂ ਪਾਰਟੀਆਂ ਹੋਰ ਆ ਜਾਣ। ਬਿਲਕੁਲ ਲੱਗਦਾ ਬਾਈ ਜੀ, ਅਸੀਂ ਤਾਂ ਬੜਾ ਜ਼ੋਰ ਲਾਇਆ ਵੀ ਇਹ ਚੋਣਾਂ ਅੱਗੇ ਹੋ ਜਾਣ, ਕੋਈ ਹਾਲਾਤ ਹੈ ਨਹੀਂ ਸੀ ਚੋਣਾਂ ਲੜਨ ਵਾਲੇ, ਨਾ ਹੀ ਕੋਈ ਮਾਹੌਲ ਸੀ। ਪਰ ਜੇ ਹੁਣ ਆਪਾਂ ਇਹ ਕਾਂਗਰਸ ਦੇ ਜਾਂ ਅਕਾਲੀਆਂ ਦੇ ਪੱਲੇ ਛੱਡ ਦਿੰਦੇ ਇਹ ਚੀਜ਼, ਫਿਰ ਤੁਹਾਨੂੰ ਇਸ ਗੱਲ ਦਾ ਪਤਾ ਵੀ ਇਹਨਾਂ ਨੇ ਫਿਰ ਐਮ ਸੀ ਆਪਣੇ ਜਿਤਾ ਕੇ, ਸੋ ਸਾਡੀ ਮਜਬੂਰੀ ਸੀ ਇਹ ਚੋਣਾਂ ਲੜਨੀ, ਇਹਨਾਂ ਦੇ ਨਾਲ ਪ੍ਰਚਾਰ ਕਰਨਾ ਕਿਉਂਕਿ ਜ਼ਰੂਰੀ ਹੈ ਲੋਕਾਂ ਨੂੰ ਜਾਗਰੂਕ ਕਰਨਾ। ਅਸੀਂ ਇਹ ਆਪਦੇ ਉਮੀਦਵਾਰ ਤਾਂ ਹੀ ਇਸ ਗੱਲ ਨੂੰ ਜਿਤਾ ਰਹੇ ਕਿ ਲੋਕਾਂ ਦੀ ਸੇਵਾ ਕਰ ਸਕਣ, ਚੰਗਾ ਪੰਜਾਬ ਬਣਾਈਏ, ਸਾਡੇ ਨੌਜਵਾਨ ਆਪਣੀ ਧਰਤੀ ਛੱਡ ਕੇ ਵਿਦੇਸ਼ਾਂ 'ਚ ਨਾ ਜਾ ਵਸਣ, ਪੰਜਾਬ ਸਾਡੇ ਨਾਨਕ ਸਾਹਿਬ ਦੀ ਧਰਤੀ ਖਾਲੀ ਨਾ ਹੋ ਜਾਵੇ। ਸੋ ਬਿਲਕੁਲ ਇਹ ਚੋਣਾਂ ਤਾਂ ਪਤਾ ਨਹੀਂ ਬੇਬੁਨਿਆਦ ਗੱਲਾਂ, ਜੇ ਕੈਪਟਨ ਸਰਕਾਰ ਇਹਨੂੰ ਰੋਕ ਸਕਦੀ ਸੀ ਪਰ ਉਹਨਾਂ ਦਾ ਇਰਾਦਾ ਨਹੀਂ ਸੀ, ਅਤੇ ਸਾਨੂੰ ਮਜਬੂਰ ਨੂੰ ਕੁੱਦਣਾ ਪਿਆ। ਪਰਮਦੀਪ ਜੀ, ਅੱਜ ਸਾਡੇ ਮਤਲਬ ਪੰਜਾਬ ਦੇ ਜਿਹੜੇ ਯੂਥ ਦੇ ਸਹਿ ਪ੍ਰਧਾਨ ਗਗਨ ਮੁਰਮਾਨ ਜੀ ਆਏ ਨੇ, ਉਹ ਪ੍ਰਚਾਰ ਕਰਨ ਦੇ ਜਿਹੜੇ ਸਾਡੇ ਕੈਂਡੀਡੇਟ ਖੜ੍ਹੇ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਅਤੇ ਲੋਕਾਂ ਨੂੰ ਅਪੀਲ ਕਰਨ ਦੇ ਆ ਰਹੇ ਨੇ, ਕਿਉਂਕਿ ਜਿਹੜਾ ਨਗਰ ਕੌਂਸਲ ਹੈ ਉਹ ਸਾਰਾ ਭ੍ਰਿਸ਼ਟ ਹੋ ਚੁੱਕਿਆ ਪੰਜਾਬ ਦੇ, ਸਾਰੇ ਪੰਜਾਬ 'ਚ ਹੀ ਲਗਭਗ, ਅਤੇ ਇੱਥੇ ਮਾਨਸਾ ਦੀ ਜੇ ਤੁਸੀਂ ਨਗਰ ਕੌਂਸਲ ਦੀ ਸਫਾਈ ਕਰਨਾ ਚਾਹੁੰਦੇ ਤਾਂ ਉਹਨਾਂ ਨੂੰ ਅਪੀਲ ਕਰਨ ਆਏ ਨੇ, ਝਾੜੂ ਦੇ ਨਿਸ਼ਾਨ 'ਤੇ ਜਿਹੜੇ ਮੋਹਰਾਂ ਲਾ ਕੇ ਬਟਨ ਦਬਾ ਕੇ ਜਿੰਨੇ ਵੀ ਕੈਂਡੀਡੇਟ ਸਾਡੇ ਖੜ੍ਹੇ ਹੋਏ ਨੇ ਉਹਨਾਂ ਨੂੰ ਜਿਤਾਓ, ਤਾਂ ਕਿ ਇੱਕ ਸਾਫ਼ ਸੁਥਰਾ ਜਿਹੜਾ ਨਗਰ ਕੌਂਸਲ ਦਾ ਅਸੀਂ ਲੈ ਕੇ ਪ੍ਰਧਾਨ ਲੈ ਕੇ ਆਈਏ। ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣੇ ਤਾਂ ਕੋਈ ਨਗਰ ਕੌਂਸਲ ਦੀ ਜਿਹੜੀ ਹੈਗੀ ਆ ਉਹ ਲੋਕਾਂ ਦੀ ਸੇਵਾ ਕੀਤੀ ਜਾ ਸਕੇ, ਇਸ ਮਕਸਦ ਨੂੰ ਲੈ ਕੇ ਉਹਨਾਂ ਨੇ ਜਿਹੜੇ ਪ੍ਰੋਗਰਾਮ ਉਲੀਕੇ ਨੇ ਲੋਕਾਂ ਨੂੰ ਅਵੇਅਰ ਕਰਨ ਦੇ ਅਤੇ ਲੋਕਾਂ ਨੂੰ ਅਪੀਲ ਕਰਨ ਦੇ ਲਈ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਇਮਾਨਦਾਰ ਨੇ, ਲੋਕਾਂ ਦੇ ਕੰਮ ਕਰਨਗੇ, ਲੋਕਾਂ ਦੇ ਵਾਰਡਾਂ ਦੇ ਮਤਲਬ ਜਿਹੜੇ ਸੀਵਰੀਅਸ ਸਮੱਸਿਆ ਹੈਗੇ ਨੇ, ਭ੍ਰਿਸ਼ਟਾਚਾਰ ਮੁਕਤ ਨਸ਼ਾ ਮੁਕਤ ਜਿਹੜਾ ਅਸੀਂ ਵਾਤਾਵਰਨ ਉਹ ਲੈ ਕੇ ਆਉਣਾ, ਉਹ ਅਪੀਲ ਲੈ ਕੇ ਸਾਡੇ ਗਗਨ ਮਾਨ ਜੀ ਸਾਡੇ ਮਤਲਬ ਕੈਂਡੀਡੇਟਾਂ ਦੀ ਮਦਦ ਦੇ ਲਈ ਇੱਥੇ ਪਹੁੰਚੇ ਹੋਏ ਨੇ।